ਆਪਣੇ ਕੋਲੇ ਕਿੰਨੀ ਕੁ ਪਈ ਹੋਈ ਹੈਗੀ ਆ? ਕੋਈ 2-3 ਮੰਥ ਅਤੇ ਅੱਜ ਥੋੜ੍ਹੀ ਜਿਹੀ ਲੈ ਕੇ ਆਏ? ਥੋੜ੍ਹੀ ਲੈ ਕੇ ਆਈ ਅੱਜ, ਕੁਛ ਰੇਟ ਦੇ ਅੰਦਰ ਬਿਹਤਰ ਹੀ ਆਈ ਸੀਗੀ। ਅੱਛਾ ਜੀ, ਘਰੋਂ ਤਾਂ ਇਹੀ ਸੋਚ ਕੇ ਆਏ ਵੀ ਮੰਡੀ ਦੇ ਅੰਦਰ ਮਾਸ਼ਾ ਰੇਟ ਬਿਹਤਰ ਹੋਇਆ ਵਾ, ਅਤੇ ਮੰਡੀ 'ਚ ਲੈ ਕੇ ਆਏ ਹਾਂ ਅਤੇ ਕੰਮ ਹੀ ਸਾਰਾ ਉਲਟ ਹੋ ਗਿਆ। ਕੀ ਰੇਟ ਲੱਗਿਆ ਇਹਨਾਂ ਦਾ? ਇਹਨਾਂ ਰੇਟ 'ਤੇ ਲੱਗਿਆ ਜੀ ਮਤਾ 2800 ਲੱਗਿਆ। ਸਹੀ, ਅਤੇ ਤੁਸੀਂ ਸੇਲ ਕਰ ਦਿੱਤੀ? ਨਹੀਂ ਜੀ, ਸੇਲ ਡੇਲੀ ਨਹੀਂ ਕਰਦਾ ਸੇਲ ਕਰਨ ਨੂੰ। ਇੱਧਰ ਚੂੜਾ ਦਾ 3-3 ਲੱਖ ਰੁਪਇਆ ਆਇਆ ਪਿਆ, 2000 ਨੂੰ ਘੰਟਾ ਪਾਣੀ ਸਿੱਧਾ ਦੋ ਕਰਦਾ, 6 ਮਹੀਨੇ ਸਾਂਭੀ ਆ। ਸਹੀ, ਕਿੱਦਾਂ ਘਾਟਾ ਖਾਈਏ? ਅਤੇ ਇਹ ਦੱਸੋ ਵੀ ਕਿੰਨੇ ਕੁ ਤੱਕ ਵੇਚਣੀ? 4500 ਤੋਂ ਘੱਟ ਨਹੀਂ। ਅਤੇ ਵਾਪਸ ਲੈ? ਵਾਪਸ ਲੈ ਜਾਣੀ ਆ, ਅਗਲੇ ਸਾਲ ਜਾ ਕੇ ਵੇਚ ਦੂੰਗਾ, ਲੇਕਿਨ 4500 ਤੋਂ ਘੱਟ ਕਰ। ਜੇ ਅਗਲੇ ਸਾਲ ਰੇਟ ਹੀ 2200 ਰੁਪਇਆ ਆ, ਕਿਸਮਤ ਕੀ ਕਰਾਂਗੇ ਜੀ? ਰਹੀਏ ਜ਼ਮੀਨਦਾਰ ਛੱਡ ਦਾਂਗੇ, ਦੁਬਾਰਾ ਲਾਓਗੇ ਕਣਕ? ਮੈਂ ਅਗਰ ਸਵਾਲ ਹੀ ਨਹੀਂ ਪੈਦਾ ਹੁੰਦਾ ਨਹੀਂ, ਮੁੱਲ ਲੈ ਲਾਂਗੇ ਕੋਈ 2-3 ਕਿਲੋ ਤੁਸੀਂ ਦੇ ਮੁੱਲ ਲੈ ਲਾਂਗੇ, ਜੇ 40-50 ਮਨ ਘਰੀ ਸਵਾਲ ਕਰਨੀ ਉਹ ਲੈ ਲਾਂਗੇ। ਅਤੇ ਹੁਣ 2800-2900 ਰੁਪਇਆ ਰੇਟ ਲੱਗਦਾ ਪਿਆ ਮੰਡੀ 'ਚ, ਮੌਸਮ ਦੀ ਵਜ੍ਹਾ ਤੋਂ ਰੇਟ ਡਿੱਗਿਆ ਤਾਂ ਨਹੀਂ? ਮੌਸਮ ਦਾ ਤਾਂ ਬਹਾਨਾ ਹੁੰਦਾ ਨਾ, ਵੇਖੋ ਜਦੋਂ ਮੌਸਮ ਅੱਛਾ ਸੀਗਾ ਉਦੋਂ ਕੀ ਕਰਦੇ ਸੀਗੇ? ਹਾਂ, ਪਿੱਛੇ 2 ਦਿਨ ਤਕਰੀਬਨ 3000 ਨੂੰ ਗੰਦਮ ਗਈ ਆ, ਥੋੜ੍ਹੇ ਜਿਹੇ ਜ਼ਿਮੀਦਾਰਾਂ ਨੂੰ ਸਕੂਨ ਮਿਲਿਆ ਵਾ, ਚੋ ਬਿਹਤਰ ਵਿਚਾਰੇ ਹੋਏ ਸੀਗੇ, ਚਲੋ ਜਾਨ 'ਚ ਜਾਨ ਆ ਗਈ ਆ, ਅੱਗੇ 2500-2600 ਨੂੰ ਵੇਚਦੇ ਸੀਗੇ, ਚਲੋ 400-500 ਰੁਪਇਆ ਵਧਿਆ ਵਾ। ਅਤੇ ਸਕੂਨ ਅੱਜ ਫਿਰ ਆਈ ਮੰਡੀ ਅੰਦਰ, ਫਿਰ ਉਸੀ ਗੱਲ ਰੇਟ ਦੀ ਆ ਰਹੀ ਆ, 2800 ਵੀ 2500-2600 ਦਿਨਾਂ ਕਿਧਰੇ ਆ ਜਾਵੇ ਡਰ ਪਿਆ। ਕੀ ਕਹਿੰਦੇ ਆੜਤੀ ਅੱਗੇ ਕੋਈ ਰੇਟ ਵਧੇਗਾ? ਦੇਖੋ ਜੀ ਉਹਨਾਂ ਨੇ ਕੀ ਲੋੜ ਆ ਕਹਿਣ ਦੀ, ਉਹ ਤਾਂ ਕਹਿੰਦੇ ਆ ਸਾਨੂੰ ਵੇਚ ਕੇ ਜਾਓ, ਅਸੀਂ ਸਟਾਕ ਕਰੀਏ। ਹੁਣ ਤੁਸੀਂ ਵਾਪਸ ਲੈ ਕੇ ਜਾ ਰਹੇ? ਵਾਪਸ ਲੈ ਜਾਣੀ ਆ ਜੀ। ਠੀਕ ਹੋ ਗਿਆ ਜੀ, ਬੜੀ ਮਿਹਰਬਾਨੀ।